ਤਸਵੀਰਾਂ 'ਚ ਨਜ਼ਰ ਆ ਰਹੀਆਂ ਇਹ ਮਹਿਲਾਵਾਂ ਜੋ ਤੁਹਾਨੂੰ ਕੂੜਾ ਚੁੱਕਦੇ ਹੋਏ ਨਜ਼ਰ ਆ ਰਹੀਆਂ ਨੇ, ਪਰ ਇਹ ਹਨ ਸ਼ਾਤਿਰ ਚੋਰ ਜਿਨ੍ਹਾਂ ਵੱਲੋਂ ਇੱਕ ਕੋਠੀ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਇਹਨਾਂ ਵੱਲੋਂ ਇੱਕ ਬੰਦ ਕੋਠੀ ਦੇ ਵਿੱਚ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਜਿਹੜੇ ਇਲਾਕੇ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹ ਇੱਕ ਪੋਸ਼ ਏਰੀਆ ਜਿੱਥੇ ਇੱਕ ਕੋਠੀ 'ਚ ਇਹਨਾਂ ਮਹਿਲਾਵਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੋਕਾਂ ਦੇ ਘਰਾਂ ਦੇ ਬਾਹਰ ਇਹ ਚੋਰਨੀਆਂ ਘੁੰਮਦੀਆਂ ਨਜ਼ਰ ਆਈਆਂ ਨੇ, ਜਿਨ੍ਹਾਂ ਵੱਲੋਂ ਇਸ ਕੋਠੀ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉੱਥੋਂ 2 ਵਿੰਡੋ ਏਸੀ, ਟੂਟੀਆਂ ਤੇ ਹੋਰ ਵੀ ਮਹਿੰਗਾ ਸਮਾਨ ਚੋਰੀ ਕਰਕੇ ਇਹ ਫਰਾਰ ਹੋ ਗਿਆ। ਇੱਥੋਂ ਤੱਕ ਇਹਨਾਂ ਵੱਲੋਂ ਘਰ ਦੇ ਅੰਦਰ ਭੰਨ ਤੋੜ ਵੀ ਕੀਤੀ ਗਈ ਹੈ। ਚੋਰੀ ਦੀ ਇਹ ਵਾਰਦਾਤ ਦੀ ਵੀਡੀਓ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ, ਜਿਸ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ 4 ਮਹਿਲਾਵਾਂ ਘਰ ਦੇ ਬਾਹਰ ਕੂੜਾ ਚੁੱਕਣ ਦੇ ਬਹਾਨੇ ਘੁੰਮਦੀਆਂ ਨਜ਼ਰ ਆਉਂਦੀਆਂ ਨੇ ਤੇ ਮੌਕਾ ਪਾ ਕੇ ਇਹ ਘਰ ਦੇ ਅੰਦਰ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਵੀ ਦੇ ਦਿੰਦੀਆਂ ਨੇ ਅਤੇ ਇੱਕ ਮਹਿਲਾ ਕੰਧ ਟੱਪਦੀ ਹੋਈ ਵੀ ਨਜ਼ਰ ਆਉਂਦੀ ਹੈ। ਕੋਠੀ ਮਾਲਕ ਦੇ ਕਹਿਣ ਦੇ ਮੁਤਾਬਿਕ ਇਹਨਾਂ ਚੋਰਨੀਆਂ ਨੇ ਉਸਦਾ ਕਰੀਬ 2.5 ਲੱਖ ਰੁਪਏ ਦਾ ਨੁਕਸਾਨ ਕੀਤਾ ਹੈ। ਇਹ ਵਾਰਦਾਤ ਲੁਧਿਆਣਾ ਵੈਸਟ ਦੇ ਪੋਸ਼ ਏਰੀਆ ਤੋਂ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਕੋਠੀ ਮਾਲਕ ਨੇ ਇਹ ਕੋਠੀ ਕਿਰਾਏ ਤੇ ਦਿੱਤੀ ਹੋਈ ਸੀ, ਪਰ ਕਿਰਾਏਦਾਰ ਕੋਠੀ ਖਾਲੀ ਕਰਕੇ ਚਲੇ ਗਏ ਸਨ ਅਤੇ ਕੋਠੀ ਦੇ ਵਿੱਚ ਕੋਈ ਨਹੀਂ ਰਹਿ ਰਿਹਾ ਸੀ ਅਤੇ ਕੋਠੀ ਮਾਲਕ ਦਾ ਘਰ ਵੀ ਬਿਲਕੁਲ ਨਜ਼ਦੀਕ ਹੀ ਸੀ, ਪਰ ਉਸਨੂੰ ਵੀ ਇਸ ਵਾਰਦਾਤ ਬਾਰੇ ਕਾਫੀ ਦੇਰ ਬਾਅਦ ਪਤਾ ਲੱਗਾ। ਇਸ ਮੌਕੇ ਕੋਠੀ ਮਾਲਕ ਪੰਜਾਬ ਸਰਕਾਰ ਦੇ ਖਿਲਾਫ ਭੜਾਸ ਕੱਢਦਾ ਵੀ ਨਜ਼ਰ ਆਇਆ ਤੇ ਉਹਨਾਂ ਨੇ ਕਿਹਾ ਕਿ ਇਲਾਕੇ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਨਜ਼ਰ ਆ ਰਹੀ ਹੈ। ਕੋਈ ਵੀ ਕਾਰਵਾਈ ਪੁਲਿਸ ਵੱਲੋਂ ਇਹਨਾਂ ਚੋਰ ਲੁਟੇਰਿਆਂ ਖਿਲਾਫ ਨਹੀਂ ਕੀਤੀ ਜਾਂਦੀ, ਜਿਸ ਕਾਰਨ ਆਏ ਦਿਨ ਸ਼ਹਿਰ ਦੇ ਵਿੱਚ ਅਜਿਹੀਆਂ ਵਾਰਦਾਤਾਂ ਨੂੰ ਚੋਰ ਲੁਟੇਰੇ ਅੰਜਾਮ ਦੇ ਰਹੇ ਨੇ। ਹੋਇਆ ਜੀ, ਪਿਛਲੇ ਸ਼ਨੀਵਾਰ ਸੀਸੀਟੀਵੀ ਫੁਟੇਜ ਦੇ ਵਿੱਚੋਂ ਪਤਾ ਚੱਲਿਆ ਕਿ ਘਰ ਦੇ ਅੰਦਰ ਜਨਾਨੀਆਂ ਅੰਦਰੋਂ ਕੁੱਦ ਕੇ ਆਈਆਂ, ਉੱਪਰੋਂ ਕਰੀਬਨ 4:30 ਤੋਂ ਲੈ ਕੇ 5-6 ਵਜੇ ਤੱਕ ਕਿ 7 ਵਜੇ ਤੱਕ ਅੰਦਰ ਉਹਨਾਂ ਨੇ ਤਸੱਲੀ ਬਖਸ਼ ਕਾਰਵਾਈ ਆਪਣੀ ਕੀਤੀ ਹੈ ਔਰ ਉਹਨਾਂ ਨੇ ਆਪਣਾ 2 ਵਿੰਡੋ ਏਸੀ ਲੈ ਗਈਆਂ ਹੈ ਜੀ, ਅਤੇ 1.5 ਟਨ ਦੇ ਅਤੇ ਬਾਕੀ ਗਰੋਹੇ ਦੀ ਫਿਟਿੰਗਸ ਜਿਵੇਂ ਕਿਚਨ ਦੇ ਮਿਕਸਚਰਸ 2 ਸੀਗੇ, ਤੁਹਾਨੂੰ ਮੈਂ ਫੋਟੋਜ਼ ਵੀ ਦਿਖਾ ਦਿੱਤੀਆਂ ਮੌਕੇ 'ਤੇ, ਔਰ ਇੱਥੋਂ ਤੱਕ ਕਿ ਵੀ ਆਪਣਾ ਦਰਵਾਜ਼ਾ ਸਾਈਡ ਤੋਂ ਨੌਕ ਤੋੜ ਕੇ ਸਮਾਨ ਪੂਰਾ ਲੈ ਕੇ ਗਈਆਂ। ਪੌਸ਼ ਲੋਕੈਲਿਟੀ ਗੁਰਦੇਵ ਨਗਰ ਦਾ ਇਹ ਜੋ 4-5 ਤਾਂ ਨਜ਼ਰ ਆ ਰਹੀਆਂ ਜੀ ਉਹਦੇ ਵਿੱਚ ਸੀਸੀਟੀਵੀ ਫੁਟੇਜ ਦੇ ਵਿੱਚ। ਕੀ ਸਮਾਨ ਟੋਟਲ ਜੇ ਆਪਾਂ ਗੱਲ ਕਰੀਏ ਤਾਂ ਸਮਾਨ ਤਾਂ 2-2.5 ਲੱਖ ਦੇ ਅੰਦਰ ਅੰਦਰ ਦਾ ਹੈ ਜੀ। ਸਮਾਨ ਦੀ ਗੱਲ ਨਹੀਂ ਹੈ, ਗੱਲ ਇਹ ਹੈ ਵੀ ਸਿਕਿਉਰਿਟੀ ਕੀ ਹੈ ਸਾਡੀ। ਜੇ ਗੁਰਦੇਵ ਨਗਰ, ਸਰਾਭਾ ਨਗਰ, ਲੁਧਿਆਣਾ ਵੈਸਟ ਦੀ ਪੌਸ਼ ਲੋਕੈਲਿਟੀਜ਼ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਹੋਣ ਲੱਗ ਗਏ ਤਾਂ ਸੇਫਟੀ ਹੈ ਕਿੱਥੇ ਜੀ। ਅੱਜ ਮੀਡੀਆ ਨੂੰ ਵੀ ਪਤਾ, ਸਭ ਨੂੰ ਪਤਾ ਕਿ 75% ਜਦੋਂ ਪੰਜਾਬ ਸਟੇਟ ਦੇ ਜਾਂ ਸੈਂਟਰ ਦੇ ਚੁਣਾਵ ਹੁੰਦੇ, ਪੰਜਾਬ ਦੇ ਜਿਹੜੇ ਵੀ ਕੋਈ ਚੁਣਾਵ ਹੁੰਦੇ ਆ, 75% ਜਿਹੜਾ ਵੀ ਪੋਲੀਟੀਕਲ ਫੰਡਿੰਗ ਹੁੰਦੀ ਹੈ ਉਹ ਲੁਧਿਆਣਾ ਵੈਸਟ ਦੇ ਵਿੱਚੋਂ ਹੁੰਦੀ ਹੈ ਔਰ ਬਾਕੀ ਸਾਰਾ ਪੰਜਾਬ ਇੱਕ ਪਾਸੇ, ਲੁਧਿਆਣਾ ਵੈਸਟ ਇਕੱਲਾ ਇੱਕ ਪਾਸੇ। ਔਰ ਇਹੋ ਜਿਹੇ ਪੌਸ਼ ਲੋਕੈਲਿਟੀਜ਼ ਜਿੱਥੇ ਹੈ ਇੰਡਸਟਰੀਅਲਿਸਟ ਵਧੀਆ ਬੰਦੇ ਸਭ ਜਿਹੜੇ ਸਰਕਾਰ ਦੇ ਕਮਾਊ ਪੁੱਤ ਹੈ, ਟੈਕਸ ਪੂਰਾ ਪ੍ਰੋਪਰ ਦੇ ਰਹੇ ਨੇ, ਉਹ ਰਹਿ ਰਹੇ ਨੇ, ਜੇ ਉਹਨਾਂ ਦੀ ਆ ਸੇਫਟੀ ਦਾ ਹਾਲ ਹੈ ਤਾਂ ਅੱਗੇ ਜਾ ਕੇ ਕੀ ਬਣੂਗਾ ਕੀ ਪੰਜਾਬ 'ਚ। ਅਤੇ ਸਰ ਇਹ ਰਹਿ ਕੌਣ ਰਿਹਾ ਸੀ ਇੱਥੇ? ਇੱਥੇ ਐਡੀਸ਼ਨਲ ਸੈਸ਼ਨ ਜੱਜ ਮੈਡਮ ਮਨਜਿੰਦਰ ਕੌਰ ਜੀ ਰਹਿੰਦੇ ਸੀਗੇ। 20 ਜੂਨ ਨੂੰ ਉਹਨਾਂ ਨੇ ਕੋਠੀ ਖਾਲੀ ਕੀਤੀ ਹੈ ਅਤੇ ਉਸ ਤੋਂ ਬਾਅਦ ਦੀ ਕੋਠੀ ਅਸੀਂ ਲੌਕ ਕੀਤੀ ਹੋਈ ਸੀ
ਤੇ ਸਾਨੂੰ ਇਹ ਸਾਰੀ ਚੀਜ਼ ਦਾ ਪਤਾ ਚੱਲਿਆ ਮਤਲਬ ਪਿਛਲੇ ਬੁੱਧਵਾਰ ਐਸੇ 20 ਜੂਨ ਤੋਂ ਕੋਠੀ ਬੰਦ ਸੀਗੀ ਜੀ ਆਉਂਦੇ ਜਾਂਦੇ ਰਹਿੰਦੇ ਸੀ ਪਰ ਰਹਿਸ਼ ਮੇਰੀ ਇੱਕ ਕੋਠੀ ਛੱਡ ਕੇ ਨਾਲ ਹੀ ਹੈ ਤੁਹਾਨੂੰ ਪਤਾ ਕਦੋਂ ਲੱਗਾ ਸਾਨੂੰ ਬੁੱਧਵਾਰ ਨੂੰ ਪਤਾ ਚੱਲਿਆ ਜੀ ਤਰੀਕ ਲਗਾ ਲਓ 26-27-28 ਮਤਲਬ ਆਹ ਲਾਸਟ ਵੈਡਨੇਸਡੇ ਚਾਰ ਪੰਜ ਦਿਨ ਪਤਾ ਵੀ ਉਹ ਲੜਕੇ ਨੂੰ ਭੇਜਿਆ ਵੀ ਸਫਾਈ ਕਰਕੇ ਆ ਉਹਨੇ ਆ ਕੇ ਰੌਲਾ ਪਾ ਤਾ ਵੀ ਜੀ ਉੱਥੇ ਦਾ ਸਾਰਾ ਸਮਾਨ ਸਮੂਹ ਤੋੜਿਆ ਪਿਆ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਹੈ ਜੀ ਮਾਮਲਾ ਵੀ ਬਹੁਤ ਹਾਈ ਲੈਵਲ ਤੋਂ ਘੁਆ ਕੇ ਦਰਜ ਹੋਇਆ ਨਹੀਂ ਤਾਂ ਸਾਡੇ ਤਾਂ ਇਲਾਕੇ ਦੇ ਵਿੱਚ 13 ਅਗਸਤ ਨੂੰ ਗਨ ਪੁਆਇੰਟ 'ਤੇ ਮੁੰਡੇ ਨੂੰ ਲੁੱਟ ਕੇ ਲੈ ਕੇ ਗਏ ਨੇ ਜੀ ਉਹਦੀ ਵੀਡੀਓ ਕਵਰੇਜ ਤੁਹਾਨੂੰ ਮੈਂ ਭੇਜੀ ਹੈ ਅਤੇ ਮਾਮਲਾ ਤਾਂ ਦਰਜ ਬਿਲਕੁਲ ਹੋ ਗਿਆ ਜੀ ਮੈਂ ਨਹੀਂ ਕਹਿੰਦਾ ਕਿ ਨਹੀਂ ਹੋਇਆ ਮੰਗ ਇਹੀ ਹੈ ਜੀ ਸਾਡੀ ਸਿਕਿਉਰਿਟੀ ਬਾਰੇ ਪੁਲਿਸ ਸੋਚੇ ਮੈਨੂੰ ਤਾਂ ਕਈ ਵਾਰ ਲੱਗਦਾ ਪੰਜਾਬ ਪੁਲਿਸ ਹੈਗੀ ਵੀ ਹੈ ਕਿ ਨਹੀਂ ਹੈਗੀ ਇਸ ਵੇਲੇ ਜੋ ਹਾਲਾਤ ਨੇ ਸਾਡੇ ਆਪਣੇ ਤਾਂ ਸਮਝ ਤੋਂ ਬਾਹਰ ਹੈ CM ਸਾਹਿਬ ਆਮ ਆਦਮੀ ਦੀ ਸਰਕਾਰ ਲੈ ਕੇ ਆਏ ਸੀ ਜੀ ਅਸੀਂ ਚਿੱਟਾ ਖਤਮ ਕਰ ਦਿਆਂਗੇ ਸਾਨੂੰ ਮੌਕਾ ਦਿਓ ਅੱਜ ਕਿੰਨੀ ਦੇਰ ਹੋਰ ਚਾਹੀਦੀ ਹੈ CM ਸਾਹਿਬ ਨੂੰ ਚਿੱਟਾ ਖਤਮ ਕਰਨ ਲਈ ਕਿਉਂ ਨਹੀਂ ਹਰਪ੍ਰੀਤ ਸਿੰਘ ਸਿੱਧੂ ਵਰਗੇ DGP ਲਾਉਂਦੇ ਜਿਨ੍ਹਾਂ ਨੇ 48-72 ਘੰਟੇ ਦੇ ਅੰਦਰ ਅੰਦਰ ਚਿੱਟਾ ਖਤਮ ਕਰਕੇ ਹੱਥ ਦੇ ਵਿੱਚ ਨਤੀਜਾ ਦਿਖਾ ਦੇਣਾ ਹਰਪ੍ਰੀਤ ਸਿੰਘ ਸਿੱਧੂ ਜੀ ਕੋਈ ਮੇਰੇ ਰਿਸ਼ਤੇਦਾਰ ਨਹੀਂ ਹੈਗੇ ਲੇਕਿਨ ਮੈਂ ਉਹਨਾਂ ਦੀ ਕਾਰਗੁਜ਼ਾਰੀ ਬਾਰੇ ਜਾਣਦਾ ਜਦੋਂ SSP ਲੁਧਿਆਣਾ ਸੀਗੇ ਕੀ ਉਹਨਾਂ ਨੇ ਲਾਅ ਐਂਡ ਆਰਡਰ ਲੁਧਿਆਣੇ ਦਾ ਬਣਾਤਾ ਸੀਗਾ ਬਿਲਕੁਲ 100%